ਅਸਲਾਮੁ ਅਲੈਕੁਮ ਸਜਣੋ ਤੇ ਬੇਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ। ਅੱਜ ਦਿਨ ਜੀ ਮੰਗਲ ਦਾ, ਤੇ ਇਸ ਟਾਈਮ ਸਿਆਲਕੋਟ ਦੇ ਪੁਰਾਣੇ ਵਪਾਰੀ ਸਲਾਮਤ ਬਾਜਵਾ ਸਾਹਿਬ ਦੇ ਡੇਰੇ ਤੋਂ ਮੌਜੂਦ ਹਾਂ। ਅਤੇ ਮਾਸ਼ਾਅੱਲਾ ਜੀ, ਬਾਜਵਾ ਸਾਹਿਬ ਨੇ ਪਹਿਲੀ ਵੀਡੀਓ 'ਚ ਦਿਲਖੁਸ਼ ਕੀਤਾ ਦੋਸਤਾਂ ਵਾਸਤੇ ਟੌਪ ਕਲਾਸ ਪਹਿਲਵਾਨ ਕਿਸਮ ਦੇ ਜਾਨਵਰ ਲੈ ਕੇ ਆਏ ਨੇ। ਅੱਜ ਦੀ ਇਸ ਵੀਡੀਓ 'ਚ ਟੋਟਲ 7 ਜਾਨਵਰ ਨੇ, ਕਮ ਅਜ਼ ਕਮ ਕੀਮਤ ਹੈ ਜੀ 2 ਲੱਖ ਅਤੇ 15,000। ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਅਤੇ ਇਹਨਾਂ ਦਾ ਜਿਹੜਾ ਰੇਟ ਹੈ ਉਹ ਵੀ ਮਲੂਮ ਕਰਦੇ ਹਾਂ। ਸਲਾਮਤ ਸਾਹਿਬ ਆਓ ਜੀ ਸਾਹਮਣੇ ਜੀ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਜੀ। ਸਰ ਕੀ ਹਾਲ ਹੈ? ਠੀਕ ਹੋ? ਠੀਕ ਹੈ, ਸ਼ੁਕਰ ਅੱਲਾਹ ਦੀ। ਅੱਲਾਹ ਪਾਕ ਦਾ ਸ਼ੁਕਰ, ਉਹਦੀ ਜ਼ਾਤ ਦਾ ਕਰਮ। ਸਭ ਤੋਂ ਪਹਿਲੇ ਜਨਾਬ ਦਾ ਸ਼ੁਕਰੀਆ ਅਦਾ ਕਰਨੇ ਆ ਕਿ ਤੁਸੀਂ ਆਪਣੇ ਡੇਰੇ ਤੇ ਇਨਵਾਈਟ ਕੀਤਾ ਤੇ ਮਾਸ਼ਾਅੱਲਾ ਜੀ ਜਨਾਬ ਦੇ ਡੇਰੇ ਤੇ ਆ ਕੇ ਦਿਲਖੁਸ਼ ਹੋਇਆ। ਅੱਛਾ ਸ਼ੋ ਕਰਾਂਦੇ ਹੋ ਪੇ, ਵੀਡੀਓ ਪਹਿਲੀ ਹੈ ਲੇਕਿਨ ਵਪਾਰ ਤੁਹਾਡਾ ਪੁਰਾਣਾ। ਸਭ ਤੋਂ ਪਹਿਲੇ ਦੋਸਤਾਂ ਨੂੰ ਆਪਣਾ ਤੇ ਡੇਰੇ ਦਾ ਮੁਕੰਮਲ ਤਾਰਫ ਕਰਵਾ ਦਿਓ। ਫਲੋਰਾ ਚੌਕ ਚਬਾਰਾ ਰੋਡ, ਫਲੋਰੇ ਤੋਂ ਅੱਗੇ ਕੋਈ 2 ਕਿਲੇ ਅੱਗੇ ਮੈਂ ਸੜਕ ਦੇ ਉੱਤੇ ਡੇਰਾ ਵਾ ਜੀ। ਜੀ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ। ਠੀਕ ਹੈ, ਸਲਾਮਤ ਬਾਜੂਆ। ਤੇ ਡੇਰਾ ਕਿਸ ਨਾਮ ਤੋਂ ਮਸ਼ਹੂਰ ਹੈ? ਸਲਾਮਤ ਤੋਂ। ਠੀਕ ਹੈ, ਜਨਾਬ ਦੇ ਨਾਂ ਤੋਂ ਮਸ਼ਹੂਰ ਹੈ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ, ਚੌਂਕ ਫਲੋਰਾ, ਉਹਦੇ ਤੋਂ ਅੱਗੇ ਜਿਹੜਾ ਚਬਾਰਾ ਰੋਡ ਹੈ, ਯਾਨੀ ਕਿ ਚੌਂਕ ਫਲੋਰੇ ਤੋਂ ਬਿਲਕੁਲ ਹੀ ਨਜ਼ਦੀਕ ਹੈ। ਸਰ ਗੁਜ਼ਾਰਿਸ਼ ਹੈ, ਇਹ ਵੀਡੀਓ ਪਹਿਲੀ ਇਹ ਮਕਸਦ ਹੈ ਇਹ ਕਿ ਤੁਸੀਂ ਸ਼ੌਕ ਕਰਾਉਣਾ ਅਤੇ ਨਾਲੇ ਦੋਸਤ ਵੀ ਹੋਣ ਸ਼ੌਕ ਕਰਨ। ਇੱਕ ਹੀ ਰਿਕੁਐਸਟ ਹੈ, ਕੋਸ਼ਿਸ਼ ਕਰਨੀ ਹੈ ਕਿ ਰੇਟ ਜਿੰਨੇ ਮੁਨਾਸਿਬ ਹੋ ਸਕਦੇ ਨੇ, ਜਿੰਨੇ ਅੱਛੇ ਹੋ ਸਕਦੇ ਨੇ, ਰੇਟ ਸੋਹਣੇ ਲਾਣੇ ਨੇ। ਓੜੀ ਪਰਲੀ ਝੋਟੀ ਹੈ ਨਾ ਜੀ? ਜੀ, ਪਿਆਰ ਭਾਈ ਖੋਲੋ, ਦੂਜਿਆਂ ਝੋਟੀ ਆ, ਖੋਲ ਕੇ ਵਖਾ। ਠੀਕ ਹੈ, ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਨੰਬਰ 1 ਤੇ ਆ ਗਈ ਪੂਰੀ ਪਹਿਲਵਾਨ ਚੀਜ਼ ਹੈ। ਦੂਸਰਾ ਸੂਆ ਸੂਈ ਹੈ, ਸਿਹਤ ਦੀ ਵੇਖ ਲੈਣੀ ਮਾਸ਼ਾਅੱਲਾ ਜੀ, ਹਰ ਵੀਡੀਓ 'ਚ ਇਹੋ ਜਿਹੇ ਜਾਨਵਰ ਸ਼ਾਮਿਲ ਨਹੀਂ ਹੁੰਦੇ। ਲਿਬਾਸ ਮੈਂ ਦੋਸਤਾਂ ਨੂੰ ਚੈੱਕ ਕਰਾਉਣਾ। ਦੂਸਰਾ ਸੂਆ ਸੂਈ ਹੈ ਜੀ, ਬਾਜਵਾ ਸਾਹਿਬ ਕਿਦਾਂ ਦੀ ਸੂਈ ਹੈ? ਟੋਰੋ ਭਾਈ ਜਨਰਲ ਕੇਲ ਕੀ ਟੋਰੋ, ਇਹਨੂੰ ਅੱਜ 6ਵਾਂ ਦਿਨ ਹੈ। 6ਵਾਂ ਦਿਨ, ਲੋ ਦੋਸਤੋ ਨਜ਼ਾਰਾ ਕਰੋ ਮਾਸ਼ਾਅੱਲਾ ਜੀ, ਪੁੱਠਾ ਦੋਸਤਾਂ ਵੇਖਣਾ, ਚੰਗੀ ਸਿਹਤ, ਲਿਬਾਸ ਚੈੱਕ ਕਰ ਲੈਣਾ। ਦੂਸਰਾ ਸੂਆ ਸੂਈ ਹੈ, 6ਵਾਂ ਦਿਨ ਹੈ। ਇੱਥੇ ਭਾਈ ਖਿਲਾ ਰਹੇ ਹੋ, ਜ਼ਰਾ ਸਕੂਨ ਨਾਲ ਈਜ਼ੀ ਹੋ ਕੇ, ਪਿੱਛੇ ਦੇ ਕੱਟੀ ਹੈ, ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਪਿੱਛੇ ਦੇ ਕੱਟੀ ਝੋਟੀ ਨੰਬਰ 1, ਦੂਸਰਾ ਸੂਆ ਸੂਈ ਹੈ, ਮੁਕੰਮਲ ਨਜ਼ਾਰਾ ਕਰਨਾ। ਜਸਾਮਤ ਵਿਧੀ ਚੈੱਕ ਕਰ ਲੈਣੀ ਹੈ ਮਾਸ਼ਾਅੱਲਾ ਜੀ, ਸਿਹਤ ਚੰਗੀ, ਚਿਹਰਾ ਵੀ ਮੈਂ ਦੋਸਤਾਂ ਨੂੰ ਚੈੱਕ ਕਰਾਉਂਦਾ ਵਾਂ। ਦੂਸਰਾ ਸੂਆ ਭਾਈ ਜਾਨ ਟੋਰੋ ਜੀ, ਹੁਣ ਅਤੇ ਕਿੰਨਾ ਇਹਦੇ ਕੋਲ ਦੁੱਧ ਜੇ ਹੁਣ? ਠੀਕ ਹੈ, 14, ਯਾਨੀ ਦੁੱਧ ਬਾਜਵਾ ਸਾਹਿਬ ਜਿਹੜਾ ਦੱਸਣ ਦੇ ਇਹ 14 ਕਿਲੋ ਟੋਟਲ, ਬੱਚੇ ਸਮੇਤ ਹੀ? ਠੀਕ ਹੈ, ਬੋਲਾ ਫਿਲਹਾਲ 6ਵਾਂ ਦਿਨ ਨੇ। ਦੂਸਰਾ ਸੁਆ ਸੂਈ ਲਿਬਾਸ ਚੈੱਕ ਕਰਨਾ ਮਾਸ਼ਾਅੱਲਾ ਜੀ, ਇਹ ਚੈੱਕ ਕਰੋ ਜੀ, ਪੂਰੀ ਪਹਿਲਵਾਨ ਚੀਜ਼ ਹੈ, ਜਿੰਜਾਪੀ ਪਹਿਲਵਾਨ ਨੇ ਉਂਝ ਲਿਬਾਸ ਕੀਤਾ ਮਾਸ਼ਾਅੱਲਾ। ਦੁੱਧ ਪੱਕਾ 20 ਸਰ ਕਰੇਗੀ? ਠੀਕ ਹੈ, ਇਹ ਅੱਟਾਂ ਲੈ ਸੁੱਟ ਕੇ ਇਨਸ਼ਾਅੱਲਾ 20 ਸਰ ਕਰੇਗੀ ਫਿਲਹਾਲ, ਬੋਲੇ ਤੇ ਵੇ ਅੱਟਾਂ ਨਹੀਂ ਸੁੱਟੀਆਂ ਜੀ ਜੀ। ਤੇ ਪਿੱਛੇ ਦੇ ਕੱਟੀਏ ਦੋਸਤਾਂ ਨੂੰ, ਉਹ ਵੀ ਚੈੱਕ ਕਰਾਈਏ ਮਾਸ਼ਾਅੱਲਾ, ਥੰਮ ਦੋਸਤਾਂ ਫਿਰ ਵੇਖ ਲੈਣੇ ਨੇ। 14 ਕਿਲੋ ਟੋਟਲ ਦੋਵਾਂ ਟਾਈਮਾਂ ਦਾ ਟੋਟਲ, ਬੱਚੇ ਸਮੇਤ ਜੀ। ਬਾਜਵਾ ਸਾਹਿਬ ਸਾਹਮਣੇ ਆਓ ਜੀ, ਝੋਟੀ ਨੰਬਰ 1 ਦਾ ਰੇਟ ਲਾਓ ਬਾਈ, ਤੁਸੀਂ ਨੰਬਰ 2 ਵਾਲੀ ਖੋਲੋ ਅੱਗੋਂ। ਉਹ ਜਿਹੜੀ ਪਰਲੀ ਹੈ, ਇਹ ਸਾਰਾ ਨੰਬਰ 1 ਵਾਲੀ ਦਾ ਰੇਟ? ਉਹ ਪਰਲੀ ਜਿਹੜੀ ਕਾਲੀ ਝੋਟੀ ਹੈ ਨਾ, ਸ਼ਾਹ ਕਾਲੀ ਝੋਟੀ ਹੈ, ਮੂੰਹ ਚੌਗੀ ਹੈ, ਦੋ ਦੇ ਥੱਲੇ ਉਹਦੀ ਤਸੱਲੀ ਕਰਾਉਣੀ ਹੈ। ਇਹ ਜਿਹੜੀ ਨੰਬਰ 1 ਤੇ ਚੈੱਕ ਕਰੀਏ, ਇਹਦਾ ਰੇਟ ਦੱਸਣਾ ਦੋਸਤਾਂ ਨੂੰ ਕੀਮਤ? ਇਹਦਾ ਰੇਟ ਮੈਂ ਪੁੱਛਣਾ ਤੇ ਉਹ ਕੋਈ ਗੱਲ, ਰੇਟ ਇਹਦਾ 3.5 ਲੱਖ ਰੁਪਈਆ। ਨਹੀਂ ਨਹੀਂ, ਰੇਟ ਸੋਹਣਾ ਦੇਣਾ, ਚੀਜ਼ ਤੁਹਾਡੀ ਚੰਗੀ, ਸ਼ੱਕ ਨਹੀਂ ਹੈ। ਪਹਿਲੀ ਵਾਰੀ ਵੀਡੀਓ ਚੱਲ ਲੱਗੀ ਜੀ ਜੀ, ਤੁਸੀਂ ਜੇ ਗੱਲ ਕੀਤੀ, ਮੈਂ ਕੁਛ ਨਹੀਂ ਲੈਂਦਾ, ਮੈਂ ਕੋਈ ਨਵਾਂ ਨੁਹਾ ਨਹੀਂ ਲੈਂਦਾ, 2.35 ਦੀ ਮੈਂ
ਕਮੈਂਟ ਕਰਕੇ ਆਪਣੀ ਰਾਏ ਦਾ ਸਹਾਰ ਲਾਜ਼ਮੀ ਕਰਨਾ, ਕਿਉਂਕਿ ਜਾਨਵਰ ਅੱਛੇ ਨੇ। ਇਹ ਨਹੀਂ ਕਿ ਅਸੀਂ ਵੀਡੀਓ 'ਚ ਹੀ, ਵੀਡੀਓ ਤੋਂ ਪਹਿਲੇ ਵੀ ਅਸੀਂ ਕੋਈ 4-5 ਦਫ਼ਾ ਰਿਕੁਐਸਟ ਕੀਤੀ ਹੈ ਬਾਜਵਾ ਸਾਹਿਬ ਨੂੰ ਕਿ ਰੇਟ ਸੋਹਣੇ ਲਾਣੇ ਨੇ। ਅੱਗੇ ਆ ਗਈ ਜੀ ਝੋਟੀ ਨੰਬਰ 2 ਖਿਲਾਰੇ ਬਾਈ ਜਾਨ। ਦੋਸਤੋ ਪਹਿਲਨ ਇਹ ਚੈੱਕ ਕਰੋ, ਮਾਸ਼ਾਅੱਲਾ ਜੀ ਪਹਿਲਨ ਝੋਟੀ ਨੰਬਰ 2 ਤੇ ਆ ਗਈ। ਥਨ ਦੋਸਤਾਂ ਵੇਖਣੇ ਨੇ ਮਾਸ਼ਾਅੱਲਾ ਜੀ। ਟੋਰੇ ਬਾਈ ਜਾਨ, ਮਾਈਆਂ ਵੇਖ ਲਓ ਕਿ ਮਤਲਬ ਕਿਹੜੀ ਜੂ ਦੀਆਂ ਮਾਈਆਂ ਨੇ, ਕਿਸ ਤਰ੍ਹਾਂ ਦੀਆਂ ਮਾਈਆਂ ਤੇ ਕਿੱਥੋਂ ਆਉਂਦੀਆਂ ਨੇ। ਜ਼ਿੰਦਾਬਾਦ। ਨਹੀਂ ਮਿਹਨਤ ਤੇ ਸਰ ਤੁਹਾਡੀ, ਕਿੰਨੇ ਕੁ ਸਾਲ ਹੋ ਗਏ ਨੇ ਵਪਾਰ ਕਰਦਿਆਂ? ਹੋ ਗਏ ਨਾ 15-20 ਸਾਲ। 20 ਸਾਲ ਹੋ ਗਏ ਨੇ ਮਾਸ਼ਾਅੱਲਾ ਜੀ। ਬਾਜਵਾ ਸਾਹਿਬ ਆ ਪਹਿਲਨ ਝੋਟੀ ਹੈ, ਪਹਿਲਾਂ ਮੂੰਹ ਚੌਗੀ ਚੌਗੀ। ਇਹ ਚੈੱਕ ਕਰੋ ਜੀ ਪਹਿਲਵਾਨ ਮੂੰਹ ਚੌਗੀ ਤੇ ਇੱਥੋਂ ਮੰਡੀਆਂ ਛਣੀਆਂ ਨੇ, ਮੈਂ ਝੋਟੀਆਂ ਫੜਦਾ। ਦੁੱਧ ਕਿੰਨਾ ਦੇ ਗੁਲ? ਠੰਡਾ ਕਰਕੇ ਝੱਗ ਤੋਂ ਬਗੈਰ ਪੁੱਠਾ ਵੀ ਦੋਸਤਾਂ ਵੇਖਣਾ ਤੇ ਲਿਬਾਸ ਦਾ ਇੱਕ ਦਫਾ ਫਿਰ ਨਜ਼ਾਰਾ ਕਰਨਾ। ਬਟਨ ਵੀ ਚੈੱਕ ਕਰ ਲੈਣੇ ਨੇ। ਇਹ ਨੀਲੀ ਦੇ ਨਜ਼ਰ ਆ ਰਹੇ ਨੇ, ਪਹਿਲਨ ਝੋਟੀ ਹੈ ਤੇ ਪੂਰੀ ਪਹਿਲਵਾਨ ਚੀਜ਼ ਹੈ। ਚੌਗੀ ਝੋਟੀ 8 ਕੁ ਦਿਨ ਹੋ ਗਏ ਨੇ, 14 ਕਿਲੋ ਦੁੱਧ ਦੇ ਦੋਵਾਂ ਟਾਈਮਾਂ ਦਾ ਟੋਟਲ, ਯਾਨੀ ਬੱਚੇ ਸਮੇਤ। ਪੁੱਠਾ ਵੀ ਦੋਸਤਾਂ ਵੇਖ ਲੈਣਾ, ਮੁਕੰਮਲ ਨਜ਼ਾਰਾ ਕਰਨਾ ਜੀ। ਝੋਟੀ ਨੰਬਰ 2 ਜੀ ਬਾਜਵਾ ਸਾਹਿਬ, ਝੋਟੀ ਨੰਬਰ 2 ਦਾ ਰੇਟ? ਇਹਦਾ ਰੇਟ 3,30,000 ਰੁਪਇਆ। 3,30,000? ਹਾਂਜੀ। ਜ਼ਿੰਦਾਬਾਦ। ਲਓ ਜੀ ਦੋਸਤੋ, ਕੀਮਤ ਡਿਮਾਂਡ 3,30,000। ਚੌਗੀ ਝੋਟੀ ਹੈ, ਪਹਿਲਾ ਸੂਆ ਸੂਈ ਹੈ, 8 ਕੁ ਦਿਨ ਹੋ ਗਏ ਨੇ ਤੇ 14 ਕਿਲੋ ਦੁੱਧ ਦੋਵਾਂ ਟਾਈਮਾਂ ਦਾ ਟੋਟਲ, ਯਾਨੀ ਬੱਚੇ ਸਮੇਤ। ਪਾਵਰਫੁਲ ਥਣ ਲੱਗੇ ਨੇ ਸਾਰੀਆਂ ਪਹਿਲਾਂ ਝੋਟੀਆਂ ਨੇ, ਹਜੇ ਥਣ ਵੀ ਨਹੀਂ ਲੱਗੇ ਹੁੰਦੇ। ਇਹ ਚੈੱਕ ਕਰੋ ਮਾਸ਼ਾਅੱਲਾ, ਲਿਬਾਸ ਦੋਸਤਾਂ ਇੱਕ ਦਫਾ ਫਿਰ ਵੇਖਣਾ, ਮੁਕੰਮਲ ਤਸੱਲੀ ਕਰ ਲੈਣੀ ਹੈ। ਅੱਗੋਂ ਭਾਈ ਜਾਨ ਲਿਆਓ ਜੀ ਨੰਬਰ 3 ਵਾਲੀ। ਅੱਗੇ ਆ ਗਈ ਹੈ ਜੀ ਨੰਬਰ 3 ਤੇ ਮਾਸ਼ਾਅੱਲਾ ਜੀ। ਇਹ ਮੂੰਹ ਚੌਗੀ ਹੈ, ਅਭੀ ਚੌਗੀ। ਲਓ ਜੀ ਦੋਸਤੋ, ਖਿਲਾ ਰਹੇ ਜੀ ਅਭੀ ਪਹਿਲਨ ਅਭੀ ਚੌਗੀ। ਲਾਮ ਦੀ ਵੇਖ ਲੈਣੀ ਹੈ, ਹਾਈਟ ਚੈੱਕ ਕਰਨੀ ਹੈ, ਕਾਦਾਵਰ ਚੀਜ਼ ਹੈ। ਥਣ ਮੈਂ ਦੋਸਤਾਂ ਨੂੰ ਚੈੱਕ ਕਰਾਉਣਾ, ਥਣ ਸੋਹਣੇ ਲੱਗੇ ਨੇ। ਖਿਲਾ ਰਹੇ ਬਾਈ ਜਾਨ, ਇੱਥੇ ਜਾ ਅੱਗੇ ਕਰੋ ਪਿਆਰੇ ਬਾਈ, ਜਾ ਅੱਗੇ ਕਰੋ। ਇਹ ਬਾਜਵਾ ਸਾਹਿਬ ਕਿਦਾਂ ਦੀ ਸੂਈ ਹੈ? ਇਹਨੂੰ ਸੂਈ ਨੂੰ ਹੋ ਗਏ ਨੇ ਕੋਈ 5 ਕੁ ਦਿਨ ਹੋ ਗਏ ਹੋਣੇ। 5 ਕੁ ਦਿਨ ਹੋ ਗਏ ਨੇ। ਕਿੰਨਾ ਬੋਲ ਇਹਦੇ ਕੋਲ? ਇਹਦੇ ਥੱਲੇ ਬੋਲ ਆ ਗਿਆ 12 ਕਿਲੋ। 12 ਕਿਲੋ ਇਹ ਬੱਚੇ ਨੂੰ ਪਿਲਾ ਕੇ ਜਾਂ ਬੱਚੇ ਸਮੇਤ? ਬੱਚੇ ਸਮੇਤ। 5 ਕੁ ਦਿਨ ਹੋ ਗਏ ਨੇ। ਚੌਗੀ ਝੋਟੀ ਹੈ, ਪਹਿਲਾ ਸੂਆ ਸੂਈ ਹੈ, ਪਿੱਛੇ ਜਾ ਕੀ ਇਹਦੇ ਕੱਟੀ? ਕੱਟੀ। ਖਿਲਾ ਰਹੇ ਬਾਈ ਜਾਨ, ਕੱਟੀ ਵੀ ਚੈੱਕ ਕਰਾਓ ਦੋਸਤਾਂ ਨੂੰ। ਦੋਸਤਾਂ ਚੈੱਕ ਕਰੋ ਜੀ ਪਿੱਛੇ ਦੇ ਕੱਟੀ ਬਾਈ, ਕੱਟੀ ਅੱਗੇ ਲੈ ਕੇ ਆਓ। ਇਹ 12 ਕਿਲੋ ਬੋਲਾ, ਪਹਿਲਨ ਝੋਟੀ ਚੌਗੀ ਮਾਸ਼ਾਅੱਲਾ। ਲਿਬਾਸ ਦੋਸਤਾਂ ਫਿਰ ਚੈੱਕ ਕਰਨਾ ਜੀ, 5 ਕੁ ਦਿਨ ਹੋ ਗਏ ਨੇ, ਪਹਿਲਾ ਸੂਆ ਸੂਈ ਹੈ, ਥਣ ਸੋਹਣੇ ਲੱਗੇ ਨੇ। ਲੋ ਜੀ ਦੋਸਤੋ, ਇਹ ਚੈੱਕ ਕਰੋ ਮਾਸ਼ਾਅੱਲਾ ਜੀ। ਤੇ ਪੁੱਠਾ ਵੀ ਮੈਂ ਦੋਸਤਾਂ ਨੂੰ ਚੈੱਕ ਕਰਾ ਦਿੰਦਾ। ਟੋਰੋ ਬਾਈ ਜਾਨ ਹੁਣ ਇੱਧਰ। ਲੋ ਜੀ ਦੋਸਤੋ, ਝੋਟੀ ਨੰਬਰ 3 ਚੌਗੀ ਝੋਟੀ ਹੈ। ਪਹਿਲਾ ਬਾਈ ਇਹਦਾ ਚਿਹਰਾ ਵੀ ਸਾਹਮਣੇ ਕਰ ਦਿਓ ਇੱਕਦਮ। ਲੋ ਜੀ ਦੋਸਤੋ, ਆਹ ਚੈੱਕ ਕਰੋ ਮਾਸ਼ਾਅੱਲਾ, ਇੱਕ ਅੱਖ ਬਿੱਲੀ ਤੇ ਇੱਕ ਕਾਲੀ ਹੈ। ਅਭੀ ਦੋਸਤਾਂ ਵੇਖ ਲੈਣਗੇ। ਠੀਕ ਹੈ ਭਾਈ ਜਾਨ, ਝੋਟੀ ਨੰਬਰ 3 ਫਿਲਹਾਲ ਬੋਲੇ ਤੇ 12 ਕਿਲੋ ਬੋਲਿਆ ਜੀ, ਦੋਵਾਂ ਟਾਈਮਾਂ ਦਾ ਟੋਟਲ, ਠੰਡਾ ਕਰਕੇ ਬੱਚੇ ਸਮੇਤ ਹੀ ਜੀ। ਬਾਜਵਾ ਸਾਹਿਬ 17-18 ਕਿਲੋ ਕਰੇਗੀ, ਮੈਲਾ ਸ਼ਾਲਾ ਸੁੱਟਦੀ ਹੈ ਨਾ ਜੀ ਜੀ, 17-18 ਕਿਲੋ ਦੁੱਧ ਪੱਕਾ ਕਰੇਗੀ ਇਨਸ਼ਾਅੱਲਾ। ਰੇਟ ਕੀ ਇਹਦਾ ਝੋਟੀ ਨੰਬਰ 3 ਦਾ? ਇਹਦਾ 3, ਇਹਦਾ ਰੇਟ ਹੋਰ ਤੇ ਮੈਂ ਰੇਟ ਸ਼ੇਟ ਮੈਂ ਕਰਨੂੰ 4 ਲੱਖ ਕਰ ਲਓ, 3.5 ਲੱਖ, 2,90,000 ਦੀ। 2,90,000 ਖੜਾ ਕੀ? ਜ਼ਿੰਦਾਬਾਦ। ਲਓ ਜੀ ਦੋਸਤੋ, ਕੀਮਤ ਡਿਮਾਂਡ 2,90,000। ਕੁਆਲਿਟੀ ਵੇਖ ਲੈਣੀ ਹੈ, ਜਾਨਵਰ ਚੈੱਕ ਕਰ ਲੈਣੇ ਨੇ ਤੇ ਰੇਟ ਵੀ ਵੇਖ ਲੈਣੇ ਨੇ।
ਵੀਡੀਓ ਤੋਂ ਪਹਿਲੇ ਵੀ ਸਪੈਸ਼ਲ ਰਿਕੁਐਸਟ ਕੀਤੀ ਹੇਠਾਂ ਖੰਡੇ ਆ ਮੈਂ ਨਾ ਇੱਕ ਵਾਰੀ ਕੰਮ ਮਹਾਂ ਚੱਲੇ ਮੈਂ ਪਹਿਲੋਂ ਵੀਡੀਓ ਚੜ ਲਾਂ ਅੱਲਾ ਦੀ ਮਿਹਰਬਾਨੀ ਮਾਲ ਉਹ ਲਿਆਵਾਂ ਕਰਾਂਗਾ ਲੋਕ ਡੰਗਰ ਹੀ ਦੱਸਣਾ ਮੈਂ ਕੀ ਦੱਸਣਾ ਮੈਂ ਜ਼ਿੰਦਾ ਮੈਂ ਨਹੀਂ ਆਖਣਾ ਉਹ ਕੜਾਕੇਦਾਰ ਮਈ ਉਹ ਐਨਜੇ ਹੋਈਏ ਮਾਲ ਹੀ ਮੇਰਾ ਦੱਸੇਗਾ ਕਿਸ ਤਰ੍ਹਾਂ ਦਾ ਮੈਂ ਮਾਲ ਤੇ ਕਿਸ ਤਰ੍ਹਾਂ ਦਾ ਕਿਹੜੀ ਜੂ ਚ ਜਾਗ ਲਿਆਉਣਾ ਜ਼ਿੰਦਾਬਾਦ ਬਿਲਕੁਲ ਜੀ ਚੀਜ਼ ਬੋਲਦੀ ਆਪੀ ਛੋਟੀ ਨੰਬਰ 3 ਸੀ ਕੀਮਤ ਡਿਮਾਂਡ 2,90,000 ਅੱਗੇ ਆ ਗਈ ਨੰਬਰ 4 ਤੇ ਖਾਂਗੜ ਹੈ ਹਾਂਜੀ ਲੋ ਜੀ ਦੋਸਤੋ ਆ ਚੈੱਕ ਕਰੋ ਮਾਸ਼ਾਅੱਲਾ ਜੀ ਖਿਲਾਰੇ ਭਾਈ ਜਾਨ ਇਹ ਖਾਂਗੜ ਹੈ ਬਾਜਵਾ ਸਾਹਿਬ ਠੀਕ ਹੈ ਲੋ ਜੀ ਦੋਸਤੋ ਆ ਚੈੱਕ ਕਰੋ ਜੀ ਖਾਂਗੜ ਦੀ ਕਾਫੀ ਡਿਮਾਂਡ ਫਰਮਾਇਸ਼ ਤੇ ਅਸੀਂ ਵੀ ਰਿਕੁਐਸਟ ਕਰਨੇ ਆ ਜਿਹੜੇ ਦੋਸਤ ਮਾਲ ਸੇਲ ਕਰਦੇ ਨੇ ਕਿ ਖਾਂਗੜ ਜਾਨਵਰ ਲੈ ਕੇ ਆਇਆ ਕਰੋ ਝੋਟੀ ਨੰਬਰ 4 ਤੇ ਖਾਂਗੜ ਵੀ ਖੂਬਸੂਰਤ ਹੈ ਨਹੀਂ ਕਿ ਇਹ ਖੂਬਸੂਰਤੀ ਨਾ ਕੁਆਲਿਟੀ ਵੀ ਅੱਛੀ ਹੋਏ ਦੀ ਝੋਗੀ ਯਾਨੀ ਕਿ ਪਹਿਲਾ ਸੂਆ ਸੂਈ ਹੈ ਬਾਜਵਾ ਸਾਹਿਬ ਦੁੱਧ ਕਿੰਨਾ ਦੇ ਕੋਲ ਇਹਦੇ ਥੱਲੇ ਦੁੱਧ ਹੋਏਗਾ 9 ਕਿਲੋ ਪੱਕਾ ਡੱਬੇ ਨਾਲ ਖਿਲਾ ਰਹੇ ਭਾਈ ਜੀ 9 ਕਿਲੋ ਨਿੱਕੀ ਨਿੱਕੀ ਸਿੰਗੀਆਂ ਵੇਖ ਲਓ ਭਾਈ ਚਿਹਰਾ ਸਾਹਮਣੇ ਕਰੋ ਜੀ ਦਾ ਇਹ ਚੈੱਕ ਕਰੋ ਜੀ ਸਿੰਗੀਆਂ ਵੀ ਦੋਸਤਾਂ ਵੇਖ ਲੈਣੀਆਂ ਨੇ ਇਹ ਵੀ ਚੋਗੀ ਕਾਲੀਆਂ ਅੱਖਾਂ ਨੇ ਬਰੀਕ ਚਿਹਰਾ ਲੰਬਾਈ 'ਚ ਪਹਿਲਾ ਸੂਆ ਸੂਈਏ 9 ਕਿਲੋ ਦੁੱਧ ਦੇ ਚਵਾਈ ਕੇ ਨਹੀਂ ਕਰਦੇ ਹੋ ਪੇ ਟੀਕਾ ਲਾ ਕੇ ਕੋਈ ਟੀਕਾ ਸ਼ਿਕਾ ਨਹੀਂ ਪਹਾੜਾ ਮਾਸਾ ਚੋਕਰ ਪਾਣਾ ਤੋਂ ਉਸੇ ਵਕਤ ਪਤਾ ਲੈਣਾ ਅੱਗੂ ਕ੍ਰਾਸ ਹੋਈ ਹੈ ਕਿ ਨਹੀਂ ਅੱਗੂ ਕ੍ਰਾਸ ਹੋਈ ਹੈ ਕਿ ਕਿੰਨੀ ਦੇਰ ਹੋ ਗਈ ਹੈ ਕੋਈ ਮਹੀਨਾ ਸਵਾ ਹੋ ਗਿਆ ਮਹੀਨਾ ਸਵਾ ਲੇਕਿਨ ਇਹਦੀ ਗਾਰੰਟੀ ਨਹੀਂ ਨਹੀਂ ਗਾਰੰਟੀ ਨਹੀਂ ਹੈ ਮੈਂ ਉਹਦੇ ਅੱਗੂ ਠੀਕ ਹੈ ਦੋਸਤਾਂ ਦੀ ਕਿਸਮਤ ਹੈ ਲੇਕਿਨ ਮਹੀਨਾ ਸਵਾ ਹੋ ਗਿਆ ਕ੍ਰਾਸ ਹੋਈ ਹੈ 9 ਕਿਲੋ ਦੁੱਧ ਦੇ ਪਹਿਲਨ ਝੋਟੀ ਚੋਗੀ ਮਾਸ਼ਾਅੱਲਾ ਜੱਗੂ ਦੂਸਰਾ ਸੂਆ ਨੇ ਸੁਣਿਆ ਤੇ ਲਿਬਾਸ ਮੈਂ ਦੋਸਤਾਂ ਨੂੰ ਫਿਰ ਚੈੱਕ ਕਰਾਉਣਾ ਠੀਕ ਹੈ ਭਾਈ ਜੰਟੋ ਹੋਈ ਦੋਸਤੋ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਥਣ ਵੀ ਸੋਹਣੇ ਲੱਗੇ ਨੇ ਪਾਵਰਫੁਲ ਠੀਕ ਹੈ ਪੁੱਠਾ ਵੀ ਦੋਸਤਾਂ ਵੇਖ ਲੈਣਾ ਇਹ ਚੈੱਕ ਕਰੋ ਮਾਸ਼ਾਅੱਲਾ ਲਿਬਾਸ ਫਿਰ ਚੈੱਕ ਕਰਨਾ ਜੀ ਝੋਟੀ ਨੰਬਰ 4 ਖਾਂਗੜ ਝੋਟੀ ਹੈ 9 ਕਿਲੋ ਦੁੱਧ ਦੇ ਪਹਾੜੇ ਤੇ ਦੀ ਚਵਾਈ ਹੁੰਦੀ ਹੈ ਭਾਈ ਸਵਾ ਕੁ ਮਹੀਨਾ ਹੋ ਗਿਆ ਕ੍ਰਾਸ ਹੋਈ ਹੈ ਲੇਕਿਨ ਉਸ ਚੀਜ਼ ਦੀ ਗਰੰਟੀ ਨਹੀਂ ਹੈ ਅੱਗੂ ਦੋਸਤਾਂ ਦੀ ਕਿਸਮਤ ਹੈ ਇਹ ਗੱਬਨ ਨਿਕਲੇ ਜਾਂ ਨਾ ਨਿਕਲੇ ਜੀ ਬਾਜਵਾ ਸਾਹਿਬ ਝੋਟੀ ਨੰਬਰ 4 ਦਾ ਰੇਟ 2,35,000 ਰੇਟ ਹੈ ਪਰ ਇਹ ਤੁਹਾਨੂੰ ਅੱਗੇ ਵੀ ਗੱਲ ਬਾਰ ਬਾਰ ਬੰਦਾ ਮਸਾਂ ਚੰਗਾ ਨਹੀਂ ਲੱਗਦਾ ਜੀ ਜੀ 2,15,000 ਦੀ ਮੈਂ 2,15,000 9 ਕਿਲੋ ਦੀ ਗਰੰਟੀ ਹੋਏ ਜੀ ਕਿਲੋ ਦੀ ਗਰੰਟੀ ਠੀਕ ਹੈ ਲੋ ਜੀ ਦੋਸਤੋ ਕੀਮਤ 2,15,000 9 ਕਿਲੋ ਦੁੱਧ ਦੀ ਗਰੰਟੀ ਹੋਈ ਦੀ ਅੱਗੇ ਆ ਗਈ ਹੈ ਜੀ ਝੋਟੀ ਨੰਬਰ 5 ਅੱਗੇ ਝੋਟੀ ਨੰਬਰ 4 ਚੈੱਕ ਕਰਾਈਏ ਕਿੰਨਵਾਂ ਸੂਆ ਸੂਈ ਹੈ ਜੀ ਇਹ ਪਹਿਲਨ ਝੋਟੀ ਹੈ ਪਹਿਲਨ ਖਿਲਾ ਰਹੇ ਹੋ ਜੀ ਇਹ ਚੈੱਕ ਕਰੋ ਮਾਸ਼ਾਅੱਲਾ ਜੀ ਨੰਬਰ 5 ਤੇ ਮੁਕੰਮਲ ਨਜ਼ਾਰਾ ਕਰਨਾ ਲਾਮ ਦੀ ਚੈੱਕ ਕਰ ਲੈਣੀ ਹੈ ਝੋਟੀ ਨੰਬਰ 5 ਥਣ ਮੈਂ ਦੋਸਤਾਂ ਨੂੰ ਚੈੱਕ ਕਰਾਉਣਾ ਭਾਈ ਜਾਨ ਥੋੜੀ ਅੱਗੇ ਕਰੋ ਹਨ ਬਾਜਵਾ ਸਾਹਿਬ ਕਿਦਾਂ ਦੀ ਸੂਈ ਹੈ ਇਹ ਅੱਟਾਂ ਕੱਲ ਪਰਸੋਂ ਛੱਡੀਆਂ ਨੇ 14-15 ਦਿਨ ਹੋ ਗਏ ਨੇ ਹਾਂਜੀ 14-15 ਦਿਨ ਹੋ ਗਏ 15 ਕਿ ਦਿਨ ਹੋ ਗਏ 4 ਦਿਨ ਅੱਟ ਸੁੱਟੀ ਹੈ ਠੀਕ ਹੈ ਅੱਟਾਂ ਸੁੱਟ ਗਈ ਹੈ ਮੈਲਾ ਸੁੱਟ ਗਈ ਹੈ ਪਹਿਲਨ ਝੋਟੀ ਹੈ ਕਿੰਨੇ ਦੰਦੇ ਆ ਬਾਜਵਾ ਸਾਹਿਬ ਖਿਲਾਰੋ ਭਾਈ ਜਾਨ ਪੂਰੀ ਹੋ ਗਈ ਇਹ ਕਨੀਆਂ ਤੇ ਕੱਢ ਗਈ ਮੁਕੰਮਲ ਕਰ ਗਈ ਲੋ ਜੀ ਦੋਸਤੋ ਪੁੱਠਾ ਵੀ ਇਹਦਾ ਚੈੱਕ ਕਰ ਲੈਣਾ ਜੀ 15 ਕੁ ਦਿਨ ਹੋ ਗਏ ਨੇ ਪਹਿਲਾ ਸੂਆ ਸੂਈ ਹੈ ਲਿਬਾਸ ਦੋਸਤਾਂ ਵੇਖਣਾ ਖਿਲਾਰੇ ਭਾਈ ਜਾਨ ਆਹ ਚੈੱਕ ਕਰੋ ਮਾਸ਼ਾਅੱਲਾ ਜੀ ਦੁੱਧ ਕਿੰਨਾ ਦੇ ਰਹੀ ਹੈ ਦੁੱਧ ਥੱਲੇ ਹੋਏਗਾ 11 ਡੱਬੇ ਮੇਣ ਕੇ ਹਾਲ ਮੌਕਿਆ ਠੀਕ ਹੈ ਖਿਲਾਰੇ ਭਾਈ ਜਾਨ 11 ਕਿਲੋ ਬੱਚੇ ਨੂੰ ਪਿਲਾ ਕੇ ਜਾਂ ਬੱਚੇ ਸਮੇਤ ਹੀ ਬੱਚੇ ਸਮੇਤ ਭਾਈ ਜਾਨ ਜਾ ਕੀ ਪਿੱਛੇ ਇੱਧਰ ਅੱਗੇ ਕਰਿਓ ਪਿੱਛੇ ਦੇ ਕੱਟਾ ਦੋਸਤੋਂ ਵੀ ਚੈੱਕ ਕਰ ਲੈਣਾ ਮਾਸ਼ਾਅੱਲਾ ਜੀ ਝੋਟੀ ਨੰਬਰ 5 ਪਹਿਲਾ ਸੂਆ ਸੂਈ ਹੈ ਮਾਸ਼ਾਅੱਲਾ ਜੀ ਪਿੱਛੇ ਦੇ ਕੱਟਾ ਕੱਟਾ ਵੀ ਦੋਸਤਾਂ ਵੇਖ ਲੈਣਾ ਚਿਹਰਾ ਮੈਂ ਦੋਸਤਾਂ ਨੂੰ ਚੈੱਕ ਕਰਾਉਣਾ ਸਿੰਘ ਵੀ ਵੇਖਣੇ ਨੇ ਕਾਲੀਆਂ ਅੱਖਾਂ ਨੇ ਦੋਵਾਂ ਅੱਖਾਂ ਦੇ ਰੰਗ ਸੇਮ ਇਹ ਜਵਾਨ ਹੈ ਜੀ ਕੰਨੀਆਂ ਦੇ ਦੰਦ ਵੀ ਕੱਢ ਗਈ ਹੈ 15 ਕੁ ਦਿਨ ਹੋ ਗਏ ਨੇ ਤੇ ਦੁੱਧ 11 ਕਿਲੋ ਟੋਟਲ ਯਾਨੀ ਬੱਚੇ ਸਮੇਤ ਦੁੱਧ ਬਾਜਵਾ ਸਾਹਿਬ ਉਹ ਦੱਸਦੇ ਨੇ ਕਿ ਜਿਹੜਾ ਚੰਗਾ ਮੋਟਾ ਠੁੱਲਾ ਸਾਰੇ ਮਾਲ ਦਾ ਚੁਆ ਠੀਕ ਹੈ ਯਾਨੀ ਕਿ ਅਗਰ ਕੋਈ ਦੋਸਤ ਹੁੰਦਾ ਆ ਕੇ ਆਪਣੀ ਤਸੱਲੀ ਕਰਕੇ ਦੁੱਧ ਠੰਡਾ ਕਰਕੇ ਮਿਣ ਕੇ ਠੀਕ ਹੈ ਟੋਰੋ ਭਾਈ ਜਾਨ ਝੋਟੀ ਨੰਬਰ 5 ਜੀ ਬਾਜਵਾ ਸਾਹਿਬ ਝੋਟੀ ਨੰਬਰ 5 ਦਾ ਰੇਟ ਸਾਹਮਣੇ ਆ ਕੇ ਸਰ ਰੇਟ ਲਾਓ ਦਾ ਇਹਦਾ ਰੇਟ ਜੇ 3,00,000 ਰੁਪਈਆ ਤੇ ਤੁਸੀਂ ਇੰਜ ਕਰੋ ਇਹਦਾ 2,80,000 ਲਾ ਦਿਓ 2,80,000 ਹਾਂਜੀ ਲੋ ਜੀ ਦੋਸਤੋ ਕੀਮਤ 2,80,000 ਚੀਜ਼ ਅੱਛੀ ਹੈ ਦੋਸਤਾਂ ਦੇ ਸਾਹਮਣੇ ਤੇ 11 ਕਿਲੋ ਦੁੱਧ ਹੈ ਜੀ ਦੋਵਾਂ ਟਾਈਮਾਂ ਦਾ ਟੋਟਲ ਪਿੱਛੇ ਦੇ ਕੱਟਾ ਸੀ ਕੀਮਤ ਡਿਮਾਂਡ 2,80,000 ਅੱਗੇ ਆ ਗਈ ਜੀ ਝੋਟੀ ਨੰਬਰ 6 ਅਭੀ ਪਹਿਲਨ ਪਹਿਲ ਦੋਂਦੀ ਮੂੰਹ ਦੋਂਦੀ
ਯਾਨੀ ਕਿ ਅੱਜ ਜ਼ਿਆਦਾ ਫਿਰ ਪਹਿਲਾਂ ਨਹੀਂ ਨੇ ਮਾਸ਼ਾਅੱਲਾ ਜੀ, ਅੱਗੇ ਆ ਗਈ ਨੰਬਰ 6 ਤੇ ਠੀਕ ਹੈ। ਇਹ ਪਹਿਲਨ ਝੋਟੀ ਹੈ ਤੇ ਦੋਂਦੀ ਚੋਗੀ ਤੇ ਨਹੀਂ ਲੱਗੀ ਹਲੇ, ਦੋਂਦੀ ਹੈ। ਇਹ ਚੈੱਕ ਕਰੋ ਮਾਸ਼ਾਅੱਲਾ, ਜਸਾਮਤ ਪੂਰੀ ਪੂਰੀ ਹੈ, ਨਾ ਵੱਡੀ ਹੈ ਤੇ ਨਾ ਬਹੁਤੀ ਛੋਟੀ ਹੈ, ਨਾਰਮਲ ਜੀ ਪੂਰੀ ਪੂਰੀ ਜੀ ਜਸਾਮਤ ਹੈ ਮਾਸ਼ਾਅੱਲਾ ਜੀ। ਦੋਂਦੀ ਝੋਟੀ ਪਹਿਲਾਂ ਸੂਆ ਸੂਈ ਹੈ, ਤਣ ਪਾਵਰਫੁੱਲ ਲੱਗੇ ਨੇ ਬਾਈ, ਤੁਸੀਂ ਜਾ ਕੇ ਲਿਆਓ ਜੀ। ਬਾਜਵਾ ਸਾਹਿਬ ਕਿੱਦਾਂ ਦੀ ਸੂਈ ਹੈ? ਛੋਟੀਆਂ ਛੋਟੀਆਂ ਝੋਟੀ ਨੰਬਰ 6 ਦੋਂਦੀ ਝੋਟੀ ਹੈ ਮਾਸ਼ਾਅੱਲਾ ਜੀ। ਪਹਿਲਾ ਸੂਆ ਸੂਈ ਹੈ, ਪਿੱਛੇ ਜਾ ਕੇ ਇਹਦੇ ਕੱਟੀ, ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਪਿੱਛੇ ਇਹਦੇ ਕੱਟੀ ਹੈ, ਕੱਟੀ ਵੀ ਦੋਸਤਾਂ ਚੈੱਕ ਕਰ ਲੈਣੀ ਹੈ। ਠੀਕ ਹੈ ਭਾਈ, ਚੈੱਕ ਲਵਾ ਕੇ ਲਾਈਓ ਉੱਧਰ। 9 ਕਿਲੋ ਦੁੱਧ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ। ਹਾਂਜੀ ਲਓ ਦੋਸਤਾਂ, ਇਹ ਚੈੱਕ ਕਰੋ ਮਾਸ਼ਾਅੱਲਾ, ਪੁੱਠਾ ਵੀ ਦੋਸਤਾਂ ਵੇਖ ਲੈਣਾ, ਦੋਂਦੀ ਅਤੇ ਪਿੱਛੇ ਦੇ ਕੱਟੀ, ਝੋਟੀ ਨੰਬਰ 6 ਇਹ ਚੈੱਕ ਕਰ ਲਓ ਮਾਸ਼ਾਅੱਲਾ। ਆਓ ਬਾਜਵਾ ਸਾਹਿਬ ਸਰ ਸਾਹਮਣੇ, ਝੋਟੀ ਨੰਬਰ 6 ਦਾ ਰੇਟ ਲਾਓ ਜੀ। ਇਹਦਾ ਰੇਟ ਜੀ 2,40,000। 2,40,000 ਹਾਂਜੀ। ਲਓ ਜੀ ਦੋਸਤੋ, ਕੀਮਤ ਡਿਮਾਂਡ 2,40,000 ਦੋਂਦੀ ਅਤੇ ਪਹਿਲਨ, ਜ਼ਬਰਦਸਤ ਹੋ ਗਿਆ ਜੀ। ਅੱਗੇ ਆ ਗਈ ਹੈ ਮਾਸ਼ਾਅੱਲਾ ਜੀ ਝੋਟੀ ਨੰਬਰ 7। ਇਹ ਆ ਗੱਬਣ? ਨਹੀਂ ਨਹੀਂ, ਇਹ ਤਾਜ਼ੀ ਸੂਈ ਹੈ, ਆਟਾ ਸੁੱਟ ਸੜੀਆਂ ਨੇ। ਅੱਛਾ, ਆਟਾ ਸੁੱਟ ਗਈ ਹੈ। ਇਹ ਨੰਬਰ 7 ਆ ਗਈ ਹੈ ਵੀ ਪਹਿਲਾਂ ਨਹੀਂ ਹੈ, ਬੱਚਾ ਮਰ ਗਿਆ, ਮੂੰਹ ਚੋਗੀ ਚੋਗੀ ਪਹਿਲਾਂ ਸੂਆ ਸੂਈ ਹੈ, ਜ਼ਿਆਦਾ ਮਰ ਗਿਆ ਅਤੇ ਤਾਜ਼ੀ ਸੂਈ ਹੈ। ਦਿਨ ਕੋਈ ਹੋ ਗਏ ਨੇ 15 ਕਿਨੂੰ ਵੀ? ਠੀਕ ਹੈ, 15-20 ਦਿਨ ਹੋ ਗਏ ਨੇ, ਪਹਿਲਾਂ ਸੂਆ ਸੂਈ ਹੈ, ਜ਼ਿਆਦਾ ਮਰ ਗਿਆ ਪਹਿਲਾਂ ਝੋਟੀ ਚੋਗੀ। ਤੇ ਦੁੱਧ ਕਿੰਨਾ ਦੇ ਰਹੀ ਹੈ ਸਰ? ਡੱਬੇ ਮਿਣ ਕੇ ਝੱਗ ਪਰਾਂ ਕਰਕੇ ਖਿਲਾ ਰਹੇ ਹੋ? ਤੇ 14 ਕਿਲੋ? 14 ਕਿਲੋ। ਤੇ ਚੁਆਈ ਕਿੰਝ ਹੁੰਦੀ ਹੈ ਵੀ ਇਹਦੀ? ਇਹਦੇ ਪਹਾੜੇ ਤੇ ਮੈਂ ਚੋਕਰ ਪਾ ਗਿਆ। ਠੀਕ ਹੈ, ਟੀਕਾ ਲਾਉਣ ਦੀ ਕੋਈ ਜ਼ਰੂਰਤ ਨਹੀਂ। ਠੀਕ ਹੈ, ਪਹਾੜੇ ਤੇ ਦੀ ਚੁਆਈ ਹੁੰਦੀ ਹੈ ਵੀ 14 ਕਿਲੋ ਦੁੱਧ ਠੰਡਾ ਕਰਕੇ ਦੋਵਾਂ ਟਾਈਮਾਂ ਦਾ। 20 ਦਿਨ ਹੋ ਗਏ ਨੇ ਚੋਗੀ ਝੋਟੀ ਹੈ, ਪਹਿਲਾਂ ਸੂਆ ਸੂਈ ਹੈ। ਸਾਹਮਣੀ ਸਾਈਡ ਤੋਂ ਦੋਸਤਾਂ ਵੇਖ ਲੈਣਾ, ਸਿੰਗੀਆਂ ਵੀ ਚੈੱਕ ਕਰਨੀਆਂ ਨੇ, ਕਾਲੀਆਂ ਅੱਖਾਂ, ਦੋਵਾਂ ਅੱਖਾਂ ਦੀ ਰੰਗਾਂ ਸੇਮ। ਥਣ ਦੋਸਤਾਂ ਨੂੰ ਫਿਰ ਚੈੱਕ ਕਰਾਉਣਾ ਮਾਸ਼ਾਅੱਲਾ ਜੀ, ਇਹ ਚੈੱਕ ਕਰੋ, ਸੋਹਣੇ ਥਣ ਲੱਗੇ ਨੇ ਤੇ ਲਿਬਾਸ ਚੈੱਕ ਕਰਨਾ ਮਾਸ਼ਾਅੱਲਾ ਜੀ। ਪਿਆਰੇ ਭਾਈ ਅੰਜ ਲਿਆ ਕੇ ਗਾਹਕ ਤੋਰ ਹਾਂ। ਲੋ ਜੀ ਦੋਸਤੋ, ਇਹ ਚੈੱਕ ਕਰੋ ਮਾਸ਼ਾਅੱਲਾ, ਹੱਥੇ ਖਿਲਾ ਰਿਹਾ ਜ਼ਰਾ, ਇਹ ਚੈੱਕ ਕਰ ਲਓ ਜੀ। ਝੋਟੀ ਨੰਬਰ 7 14 ਕਿਲੋ ਦੁੱਧ, ਧੁੰਨੀ ਵੀ ਦੋਸਤਾਂ ਵੇਖ ਲੈਣੀ, ਥਣ ਵੀ ਚੈੱਕ ਕਰਨੇ ਨੇ। ਠੀਕ ਹੈ ਭਾਈ ਜਾਨ, ਧੁੰਨੀ ਨਾ ਕੋਲੀ ਕੋਈ ਮਤਲਬ ਪੁੱਠਾ ਦੋਸਤਾਂ ਫਿਰ ਵੇਖਣਾ, ਲਿਬਾਸ ਫਿਰ ਚੈੱਕ ਕਰਨਾ ਮਾਸ਼ਾਅੱਲਾ ਜੀ। ਲੋ ਜੀ ਦੋਸਤੋ, ਇਹ ਚੈੱਕ ਕਰੋ ਜੀ। ਜੀ ਬਾਜਵਾ ਸਾਹਿਬ, ਆਓ ਸਰ, ਝੋਟੀ ਨੰਬਰ 7 ਦਾ ਵੀ ਰੇਟ ਲਾਓ ਜੀ। ਇਹਦਾ ਰੇਟ ਹੈ ਜਨਾਬ 2,85,000 ਰੁਪਈਆ। 2,85,000? ਹਾਂਜੀ। ਦੁੱਧ 14 ਕਿਲੋ ਤਸੱਲੀ ਨਾਲ, ਗਰੰਟੀ ਨਾਲ, ਜ਼ਿੰਦਾਬਾਦ। ਹੋਰ ਤਾਂ ਨਹੀਂ ਕੋਈ ਜਾਨਵਰ ਸ਼ਾਮਿਲ ਕਰਨਾ? ਹੋਰ ਉਹ ਜਿਹੜੀ ਝੋਟੀ ਹੈ। ਚਲੋ, ਇਹ ਹੀ ਮੇਨ ਯਾਨੀ ਸ਼ੋਕਰ ਆ, ਮਜ਼ੀਦ ਵੀ ਡੇਰੇ 'ਤੇ ਜਾਨਵਰ ਹੈ ਨੇ। ਅਗਰ ਦੋਸਤ ਮਜ਼ੀਦ ਖਰੀਦਣਾ ਚਾਹੁੰਦੇ ਨੇ, ਲੋਕੇਸ਼ਨ ਵੀ ਸਮਝਾ ਦਿੱਤੀ ਹੈ, ਡੇਰੇ 'ਤੇ ਆ ਸਕਦੇ ਨੇ। ਹੋਰ ਕੋਈ ਪੈਗਾਮ ਦੇਣਾ ਦੋਸਤਾਂ ਨੂੰ? ਜੀ ਸਰ, ਬਹੁਤ ਸ਼ੁਕਰੀਆ। ਅੱਛਾ, ਸ਼ੁਕਰ ਆਇਆ, ਤੁਸੀਂ ਫੁੱਲ ਕੋਸ਼ਿਸ਼ ਕੀਤੀ ਹੈ, ਅਸੀਂ ਰਿਕੁਐਸਟ ਕੀਤੀ ਸੀ ਕਿ ਰੇਟ ਸੋਹਣੇ ਲਾਣੇ ਨੇ। ਮਜ਼ੀਦ ਜਿਹੜੇ ਦੋਸਤ ਵੇਖਦੇ ਨੇ ਵੀ ਸਮਝਦਾਰ ਨੇ, ਉਹ ਵੀ ਤਾਵਨ ਕਰਦੇ ਨੇ। ਦੋਸਤਾਂ ਅੱਗੇ ਗੁਜ਼ਾਰਿਸ਼ ਹੈ ਜੀ, ਅਗਰ ਵੀਡੀਓ ਅੱਛੀ ਲੱਗੀ ਹੈ, ਰੇਟ ਸੋਹਣੇ ਲੱਗੇ ਨੇ, ਤਾਂ ਹੋਰ ਕੁਛ ਕਰੋ ਜਾਂ ਨਾ ਕਰੋ, ਕਮ ਅਜ਼ ਕਮ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਨਾ, ਤਾਂ ਕਿ ਮਜ਼ੀਦ ਪੈਗਾਮ ਹੈ ਕਿ ਜਦੋਂ ਇੱਕ ਵਾਰੀ ਕੋਈ ਖੜੇਗਾ, ਯਾਦ ਕਰੇਗਾ ਕਿ ਕਿਸਾਨ ਦੀਆਂ ਝੋਟੀਆਂ ਨੇ ਵੱਸਦੀਆਂ ਨੇ, ਨਹੀਂ ਵੱਸਦੀਆਂ ਮਤਲਬ ਨਾ ਮੈਂ ਚੰਗੀਆਂ ਨੇ, ਬੇਸ਼ੱਕ ਮੈਂ ਮੇਰੇ ਡੇਰੇ ਤੋਂ ਵੜਨ, ਦੋ ਨੰਬਰ ਹੀ ਨਹੀਂ ਕਰਨੀ। ਜ਼ਿੰਦਾਬਾਦ, ਇੱਕ ਨੰਬਰ ਕੰਮ ਹੋਇਆ ਤਾਂ ਜੀ, ਇਜਾਜ਼ਤ ਚਾਹੁੰਦੇ ਹਾਂ, ਅੱਲਾਹ ਹਾਫਿਜ਼।